ਅਮਰੀਕੀ ਵਿਦੇਸ਼ ਵਿਭਾਗ ਨੇ ਅਸਲ ਕੰਟਰੋਲ ਰੇਖਾ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਹਾਲੀ ਵਿੱਚ ਵਕੂਨ ਤੋਂ ਬਾਅਦ ਭਾਰਤ-ਚੀਨ ਸਰੱਤ ਤੇ ਤਣਾਅ ਵਿੱਚ ਕਮੀ ਦਾ ਸਵਾਗਤ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਵਾਸ਼ਿੰਗਟਨ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਉਸਨੇ ਇਸ ਮਾਮਲੇ ਤੇ ਭਾਰਤੀ ਪੱਖ ਨਾਲ ਵੀ ਚਰਚਾ ਕੀਤੀ ਪਰ ਨਾਲ ਹੀ ਕਿਹਾ ਕਿ ਅਮਰੀਕਾ ਦੀ ਮੱਤਤ ਚ ਕੋਈ ਭੂਮਿਕਾ ਨਹੀਂ ਹੈ।